ਕ੍ਰਿਸਮਸ ਮਹਾ ਆਨੰਦ ਉਤਸਵ ਦੀਆਂ ਵੱਡੇ ਪੱਧਰ ਤੇ ਤਿਆਰੀਆਂ। ਮਸੀਹ ਮੇਲੇ ਨੂੰ ਲੈ ਕੇ ਪਾਸਟਰ ਹਰਪ੍ਰੀਤ ਦਿਓਲ ਨੇ ਸ਼ਨੀਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ। ਸ਼ਨੀਵਾਰ ਨੂੰ ਪਿੰਡ ਖੋਜੇਵਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਹੋਈ, ਜਿੱਥੇ ਪਿਛਲੇ ਦਿਨੀ ਪਿੰਡ ਖੋਜੇਵਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਇੱਕ ਪੰਤੇਕੋਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਵੱਲੋਂ ਕ੍ਰਿਸਮਸ ਮਸੀਹੀ ਮੇਲਾ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ, ਜੋ ਕਿ 6 ਨਵੰਬਰ 2024 ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਦ ਓਪਨ ਡੋਰ ਚਰਚ ਖੋਜੇਵਾਲਾ ਪਿਛਲੇ ਕਰੀਬ 3.5 ਦਹਾਕੇ ਤੋਂ ਪ੍ਰਭੂ ਯਿਸੂ ਮਸੀਹ ਜੀ ਦੀ ਸੇਵਾ ਨੂੰ ਸਮਰਪਿਤ ਹੈ। ਇਹ ਉੱਤਰ ਭਾਰਤ ਦੀ ਇੱਕ ਨਾਮੀ ਚਰਚ ਮੰਨੀ ਜਾਂਦੀ ਹੈ। ਇੱਥੇ ਬਹੁਤ ਭਾਰੀ ਗਿਣਤੀ ਵਿੱਚ ਮਸੀਹੀ ਭਾਈਚਾਰਾ ਇਕੱਠਾ ਹੋ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਏਗਾ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਬਿਸ਼ਪ ਸਾਹਿਬਾਨ, ਪਾਸਟਰ ਸਾਹਿਬਾਨ, ਲੀਡਰ ਤੇ ਕਲੀਸਿਆਵਾਂ ਪਹੁੰਚ ਰਹੀਆਂ ਹਨ। ਸਗੋਂ ਪੰਜਾਬ ਭਰ ਤੋਂ ਹੀ ਨਹੀਂ, ਜੰਮੂ ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਆਦਿ ਵੱਖ ਵੱਖ ਸਟੇਟਾਂ ਤੋਂ ਕਲੀਸਿਆਵਾਂ ਪਹੁੰਚ ਰਹੀਆਂ ਹਨ। ਇਸ ਪ੍ਰੋਗਰਾਮ ਨੂੰ ਪੂਰੇ ਪੰਜਾਬ ਦੀਆਂ ਚਰਚਾਂ ਵੱਲੋਂ ਸਹਿਯੋਗ ਪ੍ਰਾਪਤ ਹੋਵੇਗਾ। ਇਸ ਮੌਕੇ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਆਨੰਦ ਉਤਸਵ ਵਜੋਂ ਮਨਾਇਆ ਜਾਵੇਗਾ। ਇਸ ਦਿਨ ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਦਿਓਲ ਜੀ ਵੱਲੋਂ ਸਾਰੇ ਮਸੀਹੀ ਭਾਈਚਾਰੇ ਨੂੰ ਇਸ ਮਹਾ ਆਨੰਦ ਉਤਸਵ ਕ੍ਰਿਸਮਸ ਮਸੀਹੀ ਮੇਲੇ ਦਾ ਆਉਣ ਵਿੱਚ ਸੱਦਾ ਪੱਤਰ ਵੀ ਦਿੱਤਾ ਗਿਆ। ਅੰਤ ਵਿੱਚ ਪਾਸਟਰ ਦਿਓਲ ਜੀ ਨੇ ਕਿਹਾ ਕਿ ਇਹ ਮਹਾ ਆਨੰਦ ਉਤਸਵ ਕ੍ਰਿਸਮਸ ਮਸੀਹੀ ਮੇਲਾ ਮਸੀਹੀ ਲੋਕਾਂ ਲਈ ਇੱਕ ਯਾਦਗਾਰੀ ਮੇਲਾ ਰਹੇਗਾ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਕਰ ਰਹੇ ਹੋ, ਕੀ ਮੋਟਿਵ ਆ, ਕੀ ਮੁੱਦਾ ਵਾ? ਇਹ ਪੈਂਤੀਕਾਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਬਹੁਤ ਵੱਡੇ ਪੱਧਰ ਤੇ ਮਹਾ ਉਤਸਵ ਆਨੰਦ ਉਤਸਵ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ, ਔਰ ਇਹਦੇ ਨਾਲ ਹੀ ਕ੍ਰਿਸਮਸ ਮਸੀਹ ਮੇਲਾ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ, ਤੇ ਇਸ PCPC ਦੇ ਵੱਲੋਂ ਇਹਦਾ 6 ਨਵੰਬਰ ਵਾਲੇ ਦਿਨ ਪੂਰੇ ਪੰਜਾਬ ਦੇ ਨਹੀਂ ਪਰ ਬਹੁਤ ਸਾਰੀਆਂ ਸਟੇਟਾਂ ਦੇ ਲੋਕ ਇੱਥੇ ਆ ਰਹੇ ਆ ਤੇ ਕ੍ਰਿਸਮਸ ਮਸੀਹ ਮੇਲਾ ਮਨਾਇਆ ਜਾ ਰਿਹਾ ਹੈ। ਸਰ, ਦੇਖਿਆ ਜਾ ਰਿਹਾ ਕਾਫੀ ਯਾਨੀ ਕਿ ਉੱਥੇ ਪ੍ਰੋਗਰਾਮ ਹੁੰਦੇ ਆ, ਇਸ ਵਾਰ ਕੀ ਖਾਸ ਹੋਏਗਾ ਜਿਹੜਾ 6 ਤਰੀਕ ਨੂੰ ਜਿਹੜਾ ਮਸੀਹੀ ਮੇਲਾ ਹੋ ਰਿਹਾ ਵਾ? ਅੱਗੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉਹ ਚਰਚ ਆਰਗੇਨਾਈਜ਼ ਕਰਦਾ, ਪਰ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਪੈਂਤੀਕਾਸਟਲ ਕ੍ਰਿਸਚਨ ਪ੍ਰਬੰਧਕ ਕਮੇਟੀ ਦੇ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ, ਇਸ ਕਰਕੇ ਇਹਦੇ ਵਿੱਚ ਕਰੀਬ 1000 ਤੋਂ ਵੱਧ ਚਰਚਾਂ ਜਿਹੜੀਆਂ ਇਸ ਜਗ੍ਹਾ ਦੇ ਉੱਤੇ ਇਕੱਠੀਆਂ ਹੋ ਰਹੀਆਂ ਇਸ ਵਾਰ। ਦੇਖੋ, ਅਸੀਂ ਸਭ ਨੂੰ ਖੁੱਲਾ ਸੱਦਾ ਦਿੱਤਾ ਹੈ, ਪੂਰੀ ਦੁਨੀਆ ਦੇ ਵਿੱਚ ਕੋਈ ਕਿਤਿਓਂ ਵੀ ਆ ਸਕਦਾ ਆ, ਇਸ ਕਰਕੇ ਸਪੈਸੀਫਿਕ ਕੋਈ ਪਰਸਨ ਸਾਡੇ ਕੋਲ ਨਹੀਂ ਆ ਜਿਹੜਾ ਇਸ ਜਗ੍ਹਾ ਦੇ ਉੱਤੇ ਆ ਰਿਹਾ, ਪਰ ਓਪਨ ਆ, ਪਬਲਿਕ ਆ, ਸੰਗਤ ਹੈ, ਆ ਸਕਦੀ ਆ, ਤੇ ਸਾਰਿਆਂ ਨੂੰ ਇਸ ਮਾਧਿਅਮ ਦੇ ਰਾਹੀਂ ਮੈਂ ਖੁੱਲਾ ਸੱਦਾ ਵੀ ਦੇ ਰਿਹਾ। ਸਰ, ਇੰਨੀ ਸੰਗਤ ਆ ਰਹੀ ਆ, ਕੀ ਪ੍ਰਬੰਧ ਕੀਤੇ ਜਾ ਰਹੇ ਉਹਨਾਂ ਵਾਸਤੇ? ਹਰ ਤਰ੍ਹਾਂ ਦੇ ਪ੍ਰਬੰਧ ਆ, ਖਾਸ ਜਿਹੜਾ ਪ੍ਰਬੰਧ ਹੈ ਕਿ ਇੱਕ ਬਹੁਤ ਵੱਡਾ ਭੋਜ ਹੈ ਜਿਹੜਾ ਮਸੀਹ ਲੋਕ, ਜੇ ਅਸੀਂ ਇਤਿਹਾਸ ਦੇਖਦੇ ਹਾਂ ਤੇ ਪੁਰਾਣੇ ਇਤਿਹਾਸ ਦੇ ਵਿੱਚ ਵੀ ਪੁਰਾਣੇ ਲੋਕ ਜਿਹੜੇ ਫੀਸਟ ਮਨਾਉਂਦੇ ਹੁੰਦੇ ਸੀ ਉੱਥੇ ਇੱਕ ਬਹੁਤ ਵੱਡਾ ਪ੍ਰੋਗਰਾਮ ਕਰਦੇ ਸੀ, ਖਾਸ ਕਰਕੇ ਉਹਦੇ ਵਿੱਚ ਭੋਜਨ ਜਿਹੜਾ ਸਾਰੇ ਛਕਦੇ ਸੀ, ਸੋ ਇਸੇ ਤਰੀਕੇ ਦੇ ਨਾਲ ਇੱਥੇ ਇੱਕ ਬਹੁਤ ਵੱਡਾ ਭੋਜ ਜਿਹੜਾ ਉਹ ਵੀ ਸਾਰੀ ਸੰਗਤ ਦੇ ਲਈ ਹੋਵੇਗਾ। ਇਹਦਾ ਵਿਸ਼ਾ ਕੀ ਰਹਿਣ ਵਾਲਾ, ਕੀ ਹੋਣਾ? ਵਿਸ਼ਾ ਇਹਦਾ ਇਹ ਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਕਰਨਾ, ਪ੍ਰੇਮ ਮੁਹੱਬਤ ਨੂੰ ਕਾਇਮ ਕਰਨਾ, ਤੇ ਸਤਿਗੁਰ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਦਿੱਤੇ ਗਏ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹਨਾਂ ਨੂੰ ਸਾਰੀ ਸੰਗਤ ਦੇ ਵਿੱਚ ਫਿਰ ਤੋਂ ਇੱਕ ਵਾਰ ਜਾਗਰਿਤ ਕਰਨਾ ਕਿ ਆਪਾਂ ਪਿਆਰ ਮੁਹੱਬਤ ਦੇ ਨਾਲ ਇਸ ਦੁਨੀਆ ਦੇ ਵਿੱਚ ਰਹੀਏ ਤੇ ਆਪਸ ਦੇ ਵਿੱਚ ਪਿਆਰ ਮੁਹੱਬਤ ਦੀ ਸਾਂਝ ਨੂੰ ਹੋਰ ਪੱਕਾ ਕਰੀਏ। ਸਰ, ਜਿਵੇਂ ਕਿ ਸਮਾਜ ਵਿੱਚ ਕਹੋ ਕਿ ਜਿੱਦਾਂ ਹਾਲਾਤ ਚੱਲਦੇ ਪਏ, ਧਾਰਮਿਕ ਭੇਦ ਮਤਭੇਦ, ਉਹਨਾਂ ਨੂੰ ਲੈ ਕੇ ਵੀ ਕੋਈ ਖਾਸ ਨਤੀਜੇ ਲੋਕਾਂ ਨੂੰ ਆਦੇਸ਼ ਦੇਣਾ ਚਾਹੁੰਦੇ? ਗੱਲ ਇਹ ਹੈ ਕਿ ਸਾਡੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਮਤਭੇਦ ਨਹੀਂ ਆ, ਨਾ ਇਸ ਤਰ੍ਹਾਂ ਦੀਆਂ ਸਾਡੇ ਚਰਚਸ ਦੇ ਅੰਦਰ ਕੋਈ ਪ੍ਰੀਚਿੰਗਸ ਹੋ ਰਹੀ ਆ, ਸੋ ਅਸੀਂ ਇਹਨਾਂ ਨੂੰ ਸਿਰੇ ਤੋਂ ਨਕਾਰਦੇ ਆ ਤੇ ਸਾਡਾ ਇਹਨਾਂ ਚੀਜ਼ਾਂ ਦੇ ਕੋਈ ਵੀ ਲੈਣ ਦੇਣ ਨਹੀਂ। ਗੁਰਦੁਆਰੇ ਉਹਨਾਂ ਦਾ ਰਹਿਣ ਦਾ ਪ੍ਰਬੰਧ, ਬਿਲਕੁਲ, ਜਿਹੜੀ ਸੰਗਤ ਦੂਰੋਂ ਆਊਗੀ ਤੇ ਉਹਨਾਂ ਦੇ ਰਹਿਣ ਦੇ ਪ੍ਰਬੰਧ ਵੀ।
ਸਰ ਇਹ ਕਿੰਨੇ ਦਿਨ ਚੱਲੇਗਾ ਕਿ ਇਕੱਲੀ 6 ਤਰੀਕ ਤੱਕ ਦਾ ਹੀ ਆ ਇਹ ਸਿਰਫ 6 ਤਰੀਕ ਦਾ ਹੀ ਪ੍ਰੋਗਰਾਮ ਹੈਗਾ ਔਰ ਡੇ ਦਾ ਪ੍ਰੋਗਰਾਮ ਹੈ ਸਵੇਰੇ 11 ਵਜੇ ਸਟਾਰਟ ਹੋਗਾ ਕਰੀਬ 3 ਵਜੇ ਤੱਕ देखो जो समाजिक उपराले कंटिन्यूअस करी जा रहे हैं सो इस करके समाजिक जिहड़े उपराले आ उहदे विच ओपन डोर चर्च का बहुत वड्डा योगदान है जे तुसीं पिछले समय दे विच देखिया होगा जदों भी पंजाब दे अंदर कोई भी आफत आई आ हड़ आए आ जां कोविड आया उहदे विच बहुत वध चढ़ के असीं सेवावां नवाउंदे आ समाजिक उपराले दा मतलब इह कि कोई हैल्थ संबंधी फैसिलिटी भी कोई तुहाडे वल्लों कोई शुरू कीती जाऊगी कोई देखो ऑलरेडी जिहड़े क्रिश्चियंस हैगे आ उहनां दे बहुत वड्डे वड्डे हॉस्पिटल्स हैगे आ ऑलरेडी उह चल रही आ सेवावां इस करके कोई अलग तों नवीं दिख अजे नहीं है नहीं नहीं एजेंडे तां देखो हर वारी नवें हुंदे ने पर जिहड़ियां तुसीं सेहत सेवावां दी गल कर रहे हो तां ऑलरेडी साडियां चल रहियां ने बहुत वड्डे पद्धर ते आ पंजाब दे विच देखो असी जलंधर और कपूरथला क्योंकि असी एक हद दे उत्ते बैठे हैगे आ ते असी दोनों ही पुलिस प्रशासना नूं अवेयर कर दिता लैटर्स दित्तियां आ ते उन्होंने सानू भरोसा दवाया कि हर तरह के जिहड़े आ प्रबंध जिहड़े आ पूरे किते जाणगे मैनूं लगदा इस वार जिहड़ा खोजे वाला ओवरफ्लो हो जाएगा मजबूत रखा जाए किसी भी तरह के जो भिन्न भेद गलत अफवाह उन्होंने उत्ते किसी भी तरह का अपना ध्यान केंद्रित करके अग्रेसिव होने की लोड़ नहीं है और जो प्रभु यीशु मसीह ने सानू संदेश दिता है ओहदे विच रह के इस धरती उत्ते अपनी सेवकाई नूं पूरा करन थैंक यू सर ओके